ਕਲਯੁਗ ਦਾ ਵਰਤਾਰਾ ਜਿਸ ਦੇ ਬਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਹੀ ਜ਼ਿਕਰ ਕਰ ਦਿੱਤਾ ਬਹੁਤ ਪਹਿਲਾਂ ਹੀ ਜ਼ਿਕਰ ਕੀਤਾ ਪਿਆਰਿਓ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਲ ਯੁਗ ਦਾ ਵਰਤਾਰਾ ਜਿਹੜਾ ਹੈ ਪਿਆਰਿਓ ਬਿਲਕੁਲ ਵਰਤ ਰਿਹਾ ਉਹ ਸ਼ੁਰੂ ਹੋ ਚੁੱਕਿਆ ਹੈ ਅੱਜ ਦੇ ਹਿਸਾਬ ਦੇ ਨਾਲ ਜੋ ਆਪਾਂ ਵੇਖ ਰਹੇ ਆਂ ਪਿਆਰਿਓ ਉਹ ਸ਼ੁਰੂ ਹੋ ਚੁੱਕਿਆ ਹੈ ਬੜੇ ਤਰ੍ਹਾਂ ਦੇ ਆਪਾਂ ਇਹੋ ਜੇ ਕਾਰਨਾਮੇ ਵੇਖ ਰਹੇ ਆਂ ਜੋ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਸਾਡੇ ਅੱਪਾ ਦੇਖਦੇ ਆਂ ਵੀ ਆਹ ਚੀਜ਼ ਵੀ ਹੋਣ ਲੱਗ ਪਈ ਸਾਨੂੰ ਤੇ ਪਤਾ ਹੀ ਨਹੀਂ ਸੀ ਆਹ ਚੀਜ਼ਾਂ ਵੀ ਸ਼ੁਰੂ ਹੋ ਗਿਆ ਸਾਨੂੰ ਤੇ ਪਤਾ ਹੀ ਨਹੀਂ ਸੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਸੀ ਆਹ ਚੀਜ਼ਾਂ ਵੀ ਹੋਣ ਲੱਗੀਆਂ ਆਹ ਚੀਜ਼ਾਂ ਵੀ ਹੋ ਰਹੀਆਂ ਨੇ ਬਿਲਕੁਲ ਜੀ ਆਪਾਂ ਤੇ ਹੱਕੇ ਬੱਕੇ ਰਹਿ ਜਾਂਦੇ ਜੀ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਵੇਖ ਕੇ ਮੈਂ ਬੇਨਤੀਆਂ ਕਰਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਜ਼ਿਕਰ ਕਰਤਾ ਕੁਝ ਚੀਜ਼ਾਂ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਦਿੱਤਾ ਕਿ ਸਾਰੇ ਲੋਕ ਜਿਹੜੇ ਆ ਉਹ ਅਨਮਤੀਏ ਹੋ ਜਾਣਗੇ। ਮਾਤਾ ਪਿਤਾ ਜੀ ਸੇਵਾ ਨਹੀਂ ਕਰਨਗੇ। ਜੇ ਉਹ ਕਹਿਣਗੇ ਨਾ ਜਪਜੀ ਸਾਹਿਬ ਦਾ ਪਾਠ ਕਰੋ ਕਿੰਨੇ ਕੋਈ ਨਹੀਂ ਮੰਨੇਗਾ। ਵੇਦ ਕਿਤਾਬਾਂ ਦੀ ਕਿਸੇ ਨੇ ਨਹੀਂ ਮੰਨਣੀ ਸਾਰੇ ਅਨਮਤੀਏ ਹੋ ਜਾਣਗੇ। ਕਿਸੇ ਦਾ ਮੂੰਹ ਕਿੱਧਰ ਕਿਸੇ ਦਾ ਕਿੱਧਰ ਕੋਈ ਕਿਹਨੂੰ ਮੰਨੇ ਕੋਈ ਕਿਹਨੂੰ ਮੰਨੇਗਾ। ਭਾਵ ਕੀ ਸਿੱਟਾ ਕੀ ਨਿਕਲੇਗਾ ਸਾਰੇ ਨਰਕਾਂ ਨੂੰ ਜਾਣਗੇ। ਕਿਸੇ ਨੇ ਬਾਣੀ ਪੜ੍ਹ ਕੇ ਨਹੀਂ ਦੇਖਣੀ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਹੀ ਵਰਤਾਰਿਆਂ ਦੇ ਵਿੱਚ ਲੱਗ ਜਾਣਗੇ ਨੇਕ ਕਲੰਕ ਦਾ ਅਵਤਾਰ ਹੀ ਫਿਰ ਉਦੋਂ ਹੋਵੇਗਾ ਨਵੇਂ-ਨਵੇਂ ਮਤ ਜਿਹੜੇ ਨੇ ਉਹ ਪ੍ਰਗਟ ਹੋ ਜਾਣਗੇ ਨਵੇਂ-ਨਵੇਂ ਮਤ ਜਿਹੜੇ ਨੇ ਇੱਥੇ ਆ ਜਾਣਗੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਪਹਿਲਾਂ ਹੀ ਵਿਚਾਰ ਕਰ ਦਿੱਤੀ ਪਿਆਰਿਓ ਪਾਤਸ਼ਾਹ ਨੇ ਇਹ ਗੱਲ ਤਾਂ ਕੀਤੀ ਸਤਿਗੁਰੂ ਨੂੰ ਪਤਾ ਸੀ ਕਿ ਇਹੋ ਜਿਹਾ ਕੁਝ ਹੋਵੇਗਾ ਅੱਜ ਆਪਾਂ ਵੇਖ ਰਹੇ ਆ ਇਹੋ ਜਿਹਾ ਕੁਝ ਹੀ ਹੋ ਰਿਹਾ ਜੀ ਇਹੋ ਜਿਹਾ ਕੁਝ ਹੀ ਚੱਲ ਰਿਹਾ ਨੇਕਲੰਕ ਦਾ ਅਵਤਾਰ ਫਿਰ ਉਦੋਂ ਹੋਏਗਾ ਨੇਕ ਨੇਕਲੰਕ ਦਾ ਜਿਹੜਾ ਅਵਤਾਰ ਹੈ ਨਾ ਉਹ ਤੇ ਹੋ ਕੇ ਰਹਿਣਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਸਾਧ ਸੰਗਤ ਉਹ ਤੇ ਹੋਣਾ ਹੀ ਹੋਣਾ ਜੀ ਅੱਜ ਹੋ ਜਾਏ ਕੱਲ ਹੋ ਜਾਏ ਪਰਸੋਂ ਜਦੋਂ ਵੀ ਆਪਾਂ ਵੇਖਾਂਗੇ ਉਹਦੇ ਹੋਣਾ ਹੀ ਹੋਣਾ ਪਾਤਸ਼ਾਹ ਨੂੰ ਤੇ ਹੋਣਾ ਹੀ ਪੈਣਾ ਮੁੜ ਕੇ ਦੁਬਾਰਾ ਤੇ ਜਿਹੜੇ ਹਿਸਾਬ ਨਾਲ ਦੁਨੀਆ ਦੇ ਹਾਲਾਤ ਹੋ ਗਏ ਨੇ 사ਤ ਸੰਗਤ ਦੂਜੀ ਗੱਲ ਗੁਰੂ ਪਾਤਸ਼ਾਹ ਨੇ ਖੁਦ ਕਹੀ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਦੂਜੀ ਬੇਨਤੀ ਕੀਤੀ ਸੰਗਤ ਨੇ ਦੱਸੋ ਸਤਿਗੁਰੂ ਪਾਤਸ਼ਾਹ ਨੇ ਫਿਰ ਹੁਕਮ ਕੀਤਾ ਕਿ ਨੇ ਇੱਕ ਇਹੋ ਜਿਹਾ ਸਮਾਂ ਵੀ ਆਵੇਗਾ ਪਰ ਇਸਤਰੀ ਦੇ ਸੰਗ ਵਿੱਚ ਸਾਰੇ ਝਟ ਜਾਣਗੇ ਇਸਤਰੀਆਂ ਗਮਨ ਕਰਨਗੇ ਇੱਕ ਦੋਸਤ ਦੂਜੇ ਨੂੰ ਦੱਸੇਗਾ ਮੈਂ ਇੰਨੀਆਂ ਇਸਤਰੀਆਂ ਭੋਗੀਆਂ ਨੇ ਸ਼ਰਮ ਨਹੀਂ ਮੰਨਣਗੇ ਇਹ ਕਲਯੁਗ ਦਾ ਵਰਤਾਰਾ ਜੋ ਸਤਗੁਰ ਨੇ ਆਪ ਜ਼ਿਕਰ ਕੀਤਾ ਹੈ ਅੰਗ ਪ੍ਰਦਰਸ਼ਨੀ ਜਿਹੜੇ ਜਿਹੜੇ ਹਿਸਾਬ ਨਾਲ ਅੱਜ ਹੋ ਰਹੀ ਹੈ ਤੇ ਇੱਕ ਔਰਤਾਂ ਦੇ ਨਾਲ ਧੱਕਾਸ਼ਾਈ ਤੇ ਆਏ ਦਿਨ ਕੋਈ ਨਾ ਕੋਈ ਖਬਰ ਜਿਹੜੀ ਹੈ ਸਾਹਮਣੇ ਆਉਂਦੀ ਹੈ ਕੋਈ ਵਿਆਹ ਕਰਾਉਣ ਤੋਂ ਮੁਕਰ ਗਿਆ ਕੋਈ ਬਾਹਰ ਭੱਜ ਗਿਆ ਕਿਸੇ ਨੇ ਬਾਹਰ ਜਾ ਕੇ ਕਿਵੇਂ ਕਰਤਾ ਕਿਸੇ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਕਿਸ ਤਰ੍ਹਾਂ ਦੇ ਵਰਤਾਰੇ ਹੋ ਰਹੇ ਨੇ ਸ਼ਾਇਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਸਭ ਕੁਝ ਇਸੇ ਕਰਕੇ ਬਿਆਨ ਕੀਤਾ ਕਿ ਥੋੜੀ ਬਹੁਤੀ ਅਗਲ ਆ ਜਾਏ ਪਰ ਸਾਡੇ ਲੋਕ ਇਸ ਸਮਝਣ ਵਾਲੇ ਕਿੱਥੇ ਆ ਇਹਨਾਂ ਤੇ ਦਾ ਜਦੋਂ 6:00 ਵੱਜਦੀ ਹੈ ਫੇਰ ਹੀ ਸਮਝਦੇ ਨੇ ਵੀ ਹਾਂਜੀ ਹੁਣ ਸਹੀ ਆ ਮੂਰਤੀਆਂ ਦੀ ਪੂਜਾ ਵੱਧ ਜਾਏਗੀ ਮੂਰਤੀ ਪੂਜਾ ਬਹੁਤ ਹੋਏਗੀ ਬੇਨਤੀ ਕਰ ਦਵਾ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਮੂਰਤੀ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਪਿਆਰਿਓ ਉਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਵਰਤਾਰਾ ਕੀ ਵਰਤਦਾ ਹੈ ਉਹਦੇ ਵਿੱਚ ਵਰਤਾਰਾ ਦਿਖਾਇਆ ਗਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਖੰਡ ਪਾਠ ਸੇਵ ਘਰ ਦੇ ਵਿੱਚ ਪ੍ਰਕਾਸ਼ ਹੈ ਤੇ ਸਾਡੇ ਮੂਰਖ ਲੋਕ ਤੇ ਸਭ ਤੋਂ ਵੱਧ ਬੂਝੜ ਉਹ ਜਿਹੜੇ ਤਾਬਿਆਂ ਬੈਠੇ ਨੇ ਆਸੇ-ਪਾਸੇ ਬੈਠੇ ਨੇ ਗੁਰੂ ਕੇ ਵਜ਼ੀਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਗੁਰੂ ਦੀ ਆਰਤੀ ਕਰਵਾ ਰਹੇ ਨੇ ਥਾਲ ਦੇ ਵਿੱਚ ਦੀਵੇ ਜਗਾ ਕੇ ਸੰਖਵਾਜਰੇ ਨੇ ਟੱਲੀਆਂ ਬਾਜਰੀਆਂ ਨੇ ਜਦ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ਼ਬਦ ਗੁਰੂ ਨੂੰ ਮੰਨਣ ਦੇ ਲਈ ਕਿਹਾ ਸ਼ਬਦ ਗੁਰੂ ਦੀ ਮੰਨਣ ਦੇ ਲਈ ਕਿਹਾ ਸ਼ਬਦ ਨੂੰ ਪੂਜਣ ਦੇ ਲਈ ਨਹੀਂ ਕਿਹਾ ਪਿਆਰੇਓ ਇਹੋ ਹੀ ਤੇ ਹੈ ਕਲਯੁਗ ਕਲਯੁਗ ਇਹੋ ਹੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਮੂਰਤੀ ਪੂਜਾ ਦੇ ਨਾਲ ਜੋੜ ਕੇ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵੀ ਮੂਰਤੀ ਵਾਂਗ ਪੂਜਣਾ ਸ਼ੁਰੂ ਕੀਤਾ ਪੜਨ ਦੀ ਤੇ ਗੱਲ ਦੂਰ ਦੀ ਰਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨ ਦੀ ਵਜਾਏ ਇਹ ਸਾਰੇ ਲੋਕ ਉਹਦੀ ਪੂਜਾ ਕਰਨ ਦੇ ਵਿੱਚ ਜੁਟ ਗਏ ਅੱਜ ਹਰ ਕੋਈ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੀ ਪਰ ਪਿਆਰਿਓ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਾਫੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕਾਫੀ ਨਹੀਂ ਹੁਣ ਤੁਸੀਂ ਕਹੋਗੇ ਹੋਰ ਕੀ ਕਰੀਏ ਜੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨੋ ਹੁਣ ਤੁਸੀਂ ਸਾਡੇ ਬਹੁਤੇ ਵਿਦਵਾਨ ਪਤਾ ਕੀ ਨੇ ਇਹ ਤਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਰੋਕਦੇ ਆ ਜੀ ਮੰਨਣੋ ਇਹ ਨਹੀਂ ਜੀ ਹੋਣ ਦਿੰਦੇ ਪ੍ਰਚਾਰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਮੰਨੋ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੀ ਮੰਨਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਵਾਲਿਆਂ ਦੀ ਖੜੋਤ ਐ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੋ ਸਾਧ ਸੰਗਤ ਕਲਯੁਗ ਦੇ ਇਹੋ ਜਿਹੇ ਲੱਛਣ ਐ ਸਾਧ ਸੰਗਤ ਅਸੀਂ ਮੰਨ ਨਹੀਂ ਰਹੇ ਗੁਰੂ ਦੀ ਕੋਈ ਨਹੀਂ ਮੰਨੇਗਾ ਕੋਈ ਗੁਰੂ ਨੂੰ ਸਮਝੇਗਾ ਨਹੀਂ ਕੋਈ ਗੁਰੂ ਦੀ ਨਹੀਂ ਮੰਨੇਗਾ ਪਾਤਸ਼ਾਹ ਕਹਿੰਦੇ ਨੇ ਇਹ ਕਾਲ ਯੁਗ ਦੇ ਲੱਛਣ ਹੋਣਗੇ ਇਹ ਕਾਲ ਯੁਗ ਦੇ ਸਭ ਤੋਂ ਵੱਡੇ ਲੱਛਣ ਨੇ ਸਤਿਗੁਰ ਕਹਿੰਦੇ ਨੇ ਕੋਈ ਗੁਰੂ ਦੀ ਨਹੀਂ ਮੰਨੇਗਾ ਕਿਸੇ ਨੇ ਗੁਰੂ ਦੀ ਨਹੀਂ ਮੰਨਣੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਕੋਈ ਅੱਜ ਮੰਨ ਰਿਹਾ ਹੈ ਤੇ ਸ਼ਾਇਦ ਇਹ ਹਾਲਾਤ ਕੁਝ ਹੋਰ ਹੋਣ ਪਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕੋਈ ਮੰਨ ਹੀ ਨਹੀਂ ਰਿਹਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੇ ਬਹੁਤ ਪਰ ਗੁਰੂ ਗ੍ਰੰਥ ਸਾਹਿਬ ਦੀ ਤਾਂ ਕਿਸੇ ਨੇ ਮੰਨਿਓ ਨਹੀਂ ਹੈ ਕੋਈ ਮੰਨ ਹੀ ਨਹੀਂ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਤੇ ਔਰ ਦੂਜੀ ਬੇਨਤੀ ਮੈਂ ਕਰਦਮਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਕਹਿ ਰਹੇ ਨੇ ਉਹ ਤਾਂ ਹਰ ਕੋਈ ਮੰਨਣ ਤੋਂ ਇਨਕਾਰੀ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਦਾ ਪਾਠ ਕਰੋ ਬਾਣੀ ਪੜੋ ਪਰ ਕੋਈ ਨਹੀਂ ਮੰਨਦਾ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਬਾਣੀ ਦਾ ਨਿਤਨੇਮ ਕਰੋ ਪਰ ਕੋਈ ਨਹੀਂ ਮੰਨਦਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਾ ਪਾਠ ਕਰੋ ਘਰਾਂ ਦੇ ਵਿੱਚ ਕੋਈ ਨਹੀਂ ਮੰਨਦਾ ਜੀ ਕੋਈ ਨਹੀਂ ਕਹਿੰਦਾ ਹੈ ਕੋਈ ਸਾਰੇ ਹੀ ਮਨਾ ਕਰ ਦਿੰਦੇ ਨੇ ਅਸੀਂ ਨਹੀਂ ਮੰਨਣਾ ਜੀ ਨਹੀਂ ਮੰਨਣਾ ਹੈ ਔਰ ਦੂਜੀ ਬੇਨਤੀ ਸਾਧ ਸੰਗਤ ਕਲਯੁਗ ਦੇ ਲੱਛਣ ਤੇ ਗੁਰੂ ਪਾਤਸ਼ਾਹ ਨੇ ਪਹਿਲੇ ਹੀ ਬਿਆਨ ਕਰ ਦਿੱਤੇ ਸੀ ਜੋ ਅੱਜ ਬਖੂਬੀ ਹੋ ਰਹੇ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦੂਰ ਅੰਦੇਸ਼ੀ ਤੱਕ ਲੋ ਪਿਆਰਿਓ ਸਤਿਗੁਰੂ ਨੇ ਪਹਿਲੀ ਵਾਰ ਸਭ ਕੁਝ ਬਿਆਨ ਕਰ ਦਿੱਤਾ ਇੱਕੋ ਵਾਰੀ ਚ ਸਭ ਕੁਝ ਬਿਆਨ ਕਰ ਦਿੱਤਾ ਸਾਧ ਸੰਗਤ ਉਹ ਸਭ ਕੁਝ ਬਿਆਨ ਕਰਕੇ ਦੱਸ ਦਿੱਤਾ ਕਿ ਭੋਲਿਓ ਇਹ ਸਭ ਕੁਝ ਵਰਤਾਰਾ ਵਾਪਰਨਾ ਸੁਚੇਤ ਹੋ ਜੋ ਆਖਰ ਜਿਹੜਾ ਅੱਜ ਬਚ ਜਾਏਗਾ ਹਰੂਏ ਹਰੂਏ ਤਰ ਗਏ ਡੂਬੇ ਜਨ ਸਰਪਾਰ ਇਥੇ ਉਹ ਤਰਦੇ ਰਹਿਣਗੇ ਜਿਨ੍ਹਾਂ ਦਾ ਸਹਾਰਾ ਗੁਰੂ ਹੋਏਗਾ ਜਿਹੜੇ ਗੁਰੂ ਨਾਲ ਜੁੜ ਜਾਣਗੇ ਬਾਕੀ ਸਾਰਿਆਂ ਨੇ ਡੁੱਬ ਜਾਣਾ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ